ਆਪਣੀ ਨਵੀਂ ਪਾਰਟੀ ਐਲਾਨ ਕਰਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਅਤੇ ਸੇਵਾ ਸਿੰਘ ਸੇਖਵਾ ਪਾਰਟੀ ਵਰਕਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ। ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਹਮਪੁਰਾ ਨੂੰ ਮੂੰਹ ਤੋੜ ਜਵਾਬ ਦਿੱਤਾ। ਦੇਖੋ ਬੇਟੇ ਨੂੰ ਇੱਕ ਮਿੰਟ ਬੇਟੇ ਨੂੰ ਸੀਐਮ ਬਣਾਉਣ ਵਾਸਤੇ ਨਾ ਤਾਂ ਮੈਂ ਕਦੇ ਅੱਜ ਤੱਕ ਅਗਰ ਮੇਰਾ ਉਹ ਸਾਬਤ ਕਰ ਦੇਣ ਗੁਰੂ ਮਹਾਰਾਜ ਦੇ ਤਾਬੇ ਆ ਕੇ ਮੈਂ ਵੀ ਜਾਣ ਨੂੰ ਤਿਆਰ ਹਾਂ, ਉਹ ਵੀ ਆ ਜਾਣ। ਅਗਰ ਮੈਂ ਕਦੇ ਵੀ ਉਹਨਾਂ ਨੂੰ ਕਿਹਾ ਹੋਵੇ ਕਿ ਮੇਰੇ ਬੇਟੇ ਨੂੰ ਸੀਐਮ ਬਣਾਉਣਾ, ਨਾ ਹੀ ਅੱਜ ਸੀਐਮ ਬਣਾਉਣ ਦੀ ਕੋਈ ਲੜਾਈ ਹੈ, ਜਮਹੂਰੀਅਤ ਬਹਾਲ ਕਰਾਉਣ ਦੀ ਹੈ, ਨਾ ਕਿ ਲੜਾਈ ਸ਼੍ਰੋਮਣੀ ਕਮੇਟੀ ਦੀ ਹੈ। ਜਿੱਥੋਂ ਤੱਕ ਉਹਨਾਂ ਨਾਲ ਮੇਰੇ ਨਾਲ ਨਾਰਾਜ਼ੀ ਹੈ, ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ, ਬੜੇ ਲੰਮੇ ਸਮੇਂ ਤੋਂ ਇਕੱਠੇ ਲੜਿਆ। ਉਹਨਾਂ ਨੇ ਮੈਨੂੰ ਕੀਤੀ ਸੀ ਕਿ ਤੁਸੀਂ ਟਕਸਾਲੀ ਦੇ ਪ੍ਰਧਾਨ ਬਣ ਜਾਓ, ਅਤੇ ਮੇਰੇ ਵਰਕ ਨਾਲ ਗੱਲ ਕੀਤੀ, ਉਹ ਕਹਿੰਦੇ ਨਹੀਂ ਜੀ ਆਪਾਂ ਨਵੀਂ ਪਾਰਟੀ ਬਣਾਉਂਗੇ, ਟਕਸਾਲੀ ਦੇ ਨਹੀਂ ਬਣਨਾ। ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਔਰ ਧੰਨਵਾਦ ਨਾਲ ਜਵਾਬ ਦਿੱਤਾ ਸੀ, ਤੁਸੀਂ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਕਿਹਾ। ਅਤੇ ਉਹਨਾਂ ਦੇ ਬੰਦੇ ਮੇਰੇ ਸਾਡੇ ਆ ਗਏ, ਤਾਂ ਮੇਰਾ ਉਹਦੇ 'ਚ ਕਸੂਰ ਹੈ, ਲੇਕਿਨ ਮੈਂ ਉਸ ਬਾਰੇ ਕੁਛ ਬਹੁਤਾ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੇਰੇ ਸਾਥੀ ਨੇ। ਮੈਂ ਅਜੇ ਵੀ ਬੇਨਤੀ ਕਰੂੰਗਾ ਸਰਕਾਰ ਜਮਹੂਰੀਅਤ ਦੀ ਬਹਾਲੀ ਦੀ ਗੱਲ ਤਾਂ ਬੜੀ ਲੇਟ ਨਹੀਂ ਸ਼ੁਰੂ ਹੋਈ? ਹਾਂਜੀ ਜਮਹੂਰੀਅਤ ਦੀ ਬਹਾਲੀ ਦੀ ਗੱਲ ਬੜੀ ਲੇਟ ਸ਼ੁਰੂ ਨਹੀਂ ਕੀਤੀ ਤੁਸੀਂ? ਹੋਈ ਤਾਂ ਸਹੀ ਸ਼ੁਰੂ, ਰੂਪ ਰੇਖਾ ਕਾਂਗਰਸ ਦੇ ਖਿਲਾਫ ਪਾਰਟੀਆਂ ਨੇ ਉਹਨਾਂ ਦੇ ਨਾਲ ਗੱਠਜੋੜ ਕਰਕੇ ਅੱਜ ਯਾਰ ਅਸੀਂ ਪਹਿਲਾਂ ਆਪਣੀ ਪਾਰਟੀ ਤਕੜੀ ਕਰਨਾ, ਅਸੀਂ ਇੰਨਾ ਦੋਨਾਂ ਅਕਾਲੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪੁਜ਼ੀਸ਼ਨ ਬਹਾਲ ਕਰਨ ਲਈ ਸਾਡੀ ਲੜਾਈ ਹੈ। ਜਦੋਂ ਅਸੀਂ ਤਕੜੇ ਹੋ ਗਏ, ਜਦੋਂ ਇਲੈਕਸ਼ਨਾਂ ਆਉਣਗੀਆਂ ਉਹ ਤੋਂ ਕੋਈ ਆਊਗਾ ਫਿਰ ਦੇਖਾਂਗੇ। ਉਹਦੇ ਸੇਵਾ ਸਿੰਘ ਸੇਖਵਾ ਦਾ ਵੀ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਨਵਜੋਤ ਸਿੰਘ ਸਿੱਧੂ ਬਾਬਤ ਵੱਡਾ ਬਿਆਨ ਸਾਹਮਣੇ ਆਇਆ। ਉਹਨੂੰ ਪੂਰੀ ਕਰਨ ਵਾਸਤੇ ਆਪਾਂ ਕਿਸੇ ਹੋਰ ਲੀਡਰ ਨੂੰ ਅੱਗੇ ਲਾ ਲਈਏ ਜਿਹੜਾ ਇਹਦੇ ਸਮਰੱਥ ਹੋਵੇ। ਅਸੀਂ ਢੀਂਡਸਾ ਸਾਹਿਬ ਦਾ ਨਾਮ ਪ੍ਰਪੋਜ਼ ਕੀਤਾ, ਲੇਕਿਨ ਬ੍ਰਹਮਪੁਰਾ ਸਾਹਿਬ ਨੇ ਸਾਡੀ ਉਹ ਗੱਲ ਸਵੀਕਾਰ ਬੇਨਤੀ ਪ੍ਰਵਾਨ ਨਹੀਂ ਕੀਤੀ। ਅਸੀਂ ਉਹਨਾਂ ਨੂੰ ਹੱਥ ਜੋੜ ਕੇ ਫਿਰ ਇਹ ਗੱਲ ਕਹੀ ਵੀ ਜੇ ਤੁਸੀਂ ਪ੍ਰਵਾਨ ਨਹੀਂ ਕਰਦੇ ਫਿਰ ਅਸੀਂ ਆਪਣੀ ਅਰਦਾਸ ਨੂੰ ਤਾਂ ਸਿਰੇ ਚੜ੍ਹਾਉਣਾ ਹੀ ਆ, ਫਿਰ ਸਾਡੀ ਅਸੀਂ ਫਿਰ ਢੀਂਡਸਾ ਸਾਹਿਬ ਨੂੰ ਲੀਡਰ ਮੰਨ ਕੇ ਆਪਣੀ ਅਰਦਾਸ ਪੂਰੀ ਕਰਾਂਗੇ। ਇਹ ਗੱਲ ਅਸੀਂ ਉਹਨਾਂ ਨੂੰ ਕਹਿ ਕੇ ਅਤੇ ਦੱਸ ਕੇ ਆਏ। ਕਿਆ ਲੱਗਦਾ ਸੀਗਾ ਕਿ ਇਸੇ ਕਰਕੇ ਰਤਨ ਸਿੰਘ ਜਨਾਲਾ ਦਾ ਬੇਟੇ ਹੋਣੇ ਵੀ ਇਸੇ ਕਰਕੇ ਛੱਡ ਕੇ ਚਲੇ ਗਏ ਸੀਗੇ ਦੁਬਾਰਾ? ਵੇਖੋ ਉਹ ਤਾਂ ਕਿਉਂ ਛੱਡ ਕੇ ਗਿਆ ਮੈਨੂੰ ਉਦੋਂ ਬਾਅਦ ਮਿਲਿਆ ਨਹੀਂ, ਇਹ ਤਾਂ ਉਹ ਹੀ ਦੱਸ ਸਕਦਾ ਵੀ ਉਹਨੇ ਕਿਉਂ ਸਾਨੂੰ ਛੱਡਿਆ। ਲੇਕਿਨ ਅਜਨਾਲਾ ਸਾਹਿਬ ਉਹਦੇ ਛੱਡ ਕੇ ਜਾਣ ਤੋਂ ਬਾਅਦ ਉਹ ਨਿਰਾਸ਼ ਹੋ ਕੇ ਆਪਣੇ ਘਰ ਬਹਿ ਗਏ। ਲੇਕਿਨ ਅਗਰ ਸੇਖਵਾ ਸਾਹਿਬ ਜੀ ਅੱਗੇ ਵਾਰ ਵਾਰ ਇਸ ਤਰ੍ਹਾਂ ਦੀਆਂ ਪਾਰਟੀਆਂ ਪਾਉਂਦੀਆਂ ਰਹਿਣਗੀਆਂ ਤਾਂ ਫਿਰ ਕਿਸ ਤਰ੍ਹਾਂ ਚੱਲੇਗੀ, ਕਿਉਂਕਿ ਕਸ਼ਮਕਸ਼ ਬੜੀ ਲੋਕਾਂ ਦੇ ਵਿੱਚ ਰਹੇਗੀ ਜੀ। ਵੇਖੋ ਇਹ ਪਾਰਟੀ ਜਿਹੜੀ ਬਣੀ ਆ ਨਾ, ਇਹ ਪਾਰਟੀ ਇੱਕ ਸਿਧਾਂਤ 'ਤੇ ਬਣੀ ਆ। ਮਾਹੌਲ ਉਹ ਹੀ ਬਣ ਸਕਦਾ ਵਾ ਜਿਹਦੀ ਨਿਊ ਚੰਗੀ ਹੋਵੇ, ਔਰ ਬੜੇ ਸਿਆਣੇ ਲੀਡਰ ਜਿਹੜੇ ਨੇ ਉਹ ਇਹਦੇ ਵਿੱਚ ਸ਼ਾਮਿਲ ਹੋਏ ਨੇ। ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਵੀ ਇਹ ਜਿਹੜਾ ਕਾਫਲਾ ਆ ਇਹ ਬਹੁਤ ਵੱਡਾ ਬਣੇਗਾ। ਲੇਕਿਨ ਸੁਖਬੀਰ ਬਾਦਲ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀਗਾ ਕਿ ਟਕਸਾਲੀਆਂ ਦਾ ਕੋਈ ਵੀ ਵਜੂਦ ਨਹੀਂ ਹੈਗਾ, ਕੋਈ ਵੀ ਇਹ ਖੇਰੂ ਖੇਰੂ ਹੋ ਜਾਣਗੇ ਥੋੜ੍ਹੇ ਸਮੇਂ ਤੋਂ ਬਾਅਦ। ਵੇਖੋ ਕਿਸੇ ਦੇ ਕਹੇ 'ਤੇ ਨਾ ਕੋਈ ਖੇਰੂ ਖੇਰੂ ਹੁੰਦਾ ਅਤੇ ਨਾ ਕੋਈ ਇਕਜੁੱਟ ਹੁੰਦਾ। ਹਰ ਇੱਕ ਬੰਦੇ ਨੇ ਆਪਣੀ ਸੋਚ ਮੁਤਾਬਕ ਫੈਸਲੇ ਲੈਣੇ ਨੇ, ਠੀਕ ਹੈ। ਮੈਂ ਬੜੀ ਗੱਲ ਕਲੀਅਰ ਤੁਹਾਨੂੰ ਦੱਸ ਦਿੱਤੀ ਆ ਕਿ ਜਿਹੜੀ ਅਸੀਂ ਅਰਦਾਸ ਕੀਤੀ ਆ ਅਸੀਂ ਉਹਦੇ 'ਤੇ ਪਹਿਰਾ ਦੇ ਰਹੇ ਹਾਂ, ਉਹਦੇ 'ਤੇ ਅਮਲ ਵਾਸਤੇ ਇਹ ਯਤਨ ਕੀਤਾ ਆ। ਗੁਰੂ ਮਹਾਰਾਜ ਕਿਰਪਾ ਕਰੇ ਸਾਨੂੰ ਇਹਦੇ 'ਚ ਕਾਮਯਾਬੀ ਹੋਏ ਅਤੇ ਬਹਿਸ ਉਹਨਾਂ ਨੂੰ ਨਾ ਲਿੱਤਾ ਜਾਏਗਾ ਕਿਉਂਕਿ ਉਹਨਾਂ ਦਾ ਵੀ ਕਾਫੀ ਰਸੂਖ ਹੈ ਇੱਥੇ ਔਰ ਆਮ ਆਦਮੀ ਪਾਰਟੀ ਦਾ ਵੀ ਕਾਫੀ ਰਸੂਖ ਦਿਖ ਰਿਹਾ ਜੀ। ਵੇਖੋ ਸਾਡਾ ਇਹ ਜਿਹੜਾ ਪ੍ਰੋਗਰਾਮ ਆ, ਮੈਂ ਇੱਕ ਦਿਨ ਆਪਣੇ ਚੰਡੀਗੜ੍ਹ ਪ੍ਰੈਸ ਕਾਨਫਰੰਸ 'ਚ ਕਿਹਾ ਸੀਗਾ ਅਸੀਂ ਇਹਨੂੰ ਇਹ ਜਿਹੜੇ ਏਕਤਾ ਹੋਣੀ ਆ ਇਹਨੂੰ ਆਪਣੇ 3 ਹਿੱਸਿਆਂ 'ਚ ਵੰਡਿਆ। ਪਹਿਲਾਂ ਅਸੀਂ ਜਿਹੜੀਆਂ ਪੰਥਕ ਧਿਰਾਂ ਨੇ ਜਿਨ੍ਹਾਂ ਦੀ ਪੰਥਕ ਸੋਚ ਆ ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਵਾਂਗੇ, ਦੂਸਰੇ ਫਿਰ ਉਹ ਲੋਕ ਨੇ ਉਹਨਾਂ ਨੂੰ ਸੱਦਾ ਦੇਵਾਂਗੇ ਜਿਹੜੇ ਲੋਕ ਪੰਜਾਬ ਹਿਤੈਸ਼ੀ ਨੇ, ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ, ਜਿਵੇਂ ਤੁਸੀਂ ਜ਼ਿਕਰ ਕੀਤਾ ਬੈਂਸ ਭਰਾ ਨੇ ਜਾਂ ਖਹਿਰਾ ਸਾਹਿਬ ਨੇ ਜਾਂ ਗਾਂਧੀ ਜੀ ਨੇ ਜਾਂ ਹੋਰ ਲੋਕ ਨੇ, ਅਸੀਂ ਇਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਤੀਸਰਾ ਆ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੈਸ਼ਨਲ ਲੈਵਲ ਦੀਆਂ ਨੇ ਜਿਵੇਂ ਆਮ ਆਦਮੀ ਪਾਰਟੀ ਆ, ਬਹੁਜਨ ਸਮਾਜ ਪਾਰਟੀ ਆ, ਉਹਨਾਂ ਨਾਲ ਫਿਰ ਅਸੀਂ ਕਿਉਂਕਿ ਉਹ ਆਪਣੇ ਦਲ ਭੰਗ ਕਰਕੇ ਸਾਡੇ 'ਚ ਸ਼ਾਮਿਲ ਨਹੀਂ ਹੋ ਸਕਦੇ, ਉਹਨਾਂ ਨਾਲ ਫਿਰ ਐਡਜਸਟਮੈਂਟ ਕਰਾਂਗੇ। ਫਿਰ ਜਿਹੜਾ ਮਿਨੀਮਮ ਆਪਣੇ ਪ੍ਰੋਗਰਾਮ ਆ, ਕਾਮਨ ਮਿਨੀਮਮ ਆਪਣੇ ਪ੍ਰੋਗਰਾਮ, ਉਹ ਇੱਕ ਦੂਜੇ ਨਾਲ ਆਪਣੇ ਸਾਂਝਾ ਕਰਕੇ ਅਤੇ ਉਹਨਾਂ ਨੂੰ ਵੀ ਇਸ ਪਲੇਟਫਾਰਮ 'ਤੇ ਲਿਆਵਾਂਗੇ, ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਆ
ਕਿ ਤੀਸਰੀ ਧਿਰ ਬਣੇ ਪੰਜਾਬ ਵਿੱਚ, ਕਿਉਂਕਿ ਬਾਦਲ ਪਰਿਵਾਰ ਤੋਂ, ਬਾਦਲ ਦਲ ਤੋਂ ਅਤੇ ਕਾਂਗਰਸ ਪਾਰਟੀ ਤੋਂ ਵੀ ਪੂਰੇ ਲੋਕ ਪੰਜਾਬ ਦੇ ਨਿਰਾਸ਼ ਨੇ। ਉਹਨਾਂ ਦੀ ਤਮੰਨਾ ਆ ਕਿ ਕੋਈ ਤੀਸਰੀ ਧਿਰ ਜਿਹੜੀ ਆਵੇ ਅਤੇ ਪੰਜਾਬ ਨੂੰ ਸਾਂਭੇ। ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਇਹ ਤੀਸਰੀ ਧਿਰ ਬਣਾਉਣ ਵਾਸਤੇ ਸੁਹਿਰਦਤਾ ਨਾਲ ਯਤਨ ਕੀਤੇ ਆ ਅਤੇ ਆਉਣ ਵਾਲੇ ਸਮੇਂ 'ਚ ਵੀ ਇਹ ਯਤਨ ਕਰਾਂਗੇ। ਨਵਜੋਤ ਸਿੰਘ ਸਿੱਧੂ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੈ ਤੁਹਾਡੀ ਜਾਂ ਕਿਸੇ ਤਰੀਕੇ ਨਾਲ ਕੋਈ, ਕਿਉਂਕਿ ਉਹ ਵੀ ਕਾਫੀ ਨਿਰਾਸ਼ ਚੱਲ ਰਹੇ ਨੇ ਕਾਂਗਰਸ ਪਾਰਟੀ ਦਾ? ਨਵਜੋਤ ਸਿੰਘ ਸਿੱਧੂ ਚੰਗਾ ਆਦਮੀ ਮਾੜੀ ਪਾਰਟੀ 'ਚ, ਕਿਉਂਕਿ ਕਾਂਗਰਸ ਪਾਰਟੀ ਨੂੰ ਮਾੜੀ ਪਾਰਟੀ ਦੁਨੀਆ 'ਚ ਕੋਈ ਨਹੀਂ ਹੋਣੀ। ਅਤੇ ਜਿੰਨਾ ਚਿਰ ਉਹ ਉਸ ਪਾਰਟੀ 'ਚ ਆ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ। ਜਿਸ ਦਿਨ ਉਹ ਪਾਰਟੀ ਛੱਡ ਦੇਣਗੇ ਫਿਰ ਅਸੀਂ ਉਹਨਾਂ ਨਾਲ ਗੱਲ ਕਰਾਂਗੇ। Face mask manufacturer, factory capacity 500,000 masks per day. 2 and 3 ply disposable face mask. 3 ply disposable face mask with nose wire. RN95 respirator face mask, adjustable nose piece for ultimate comfort. For bulk order and more information, www.risley.org.